ਹਾਂਜੀ ਸਬਸਕ੍ਰਾਈਬ ਕਰੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੱਟਾਂ ਦੀ ਜਹਾਜ਼ ਦੇ ਵਿੱਚ ਸੋ ਸਭ ਤੋਂ ਪਹਿਲਾਂ ਦਾ ਲਾਲ ਬਟਨ ਦੇ ਕਰਕੇ ਕਲਿੱਕ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਨਾਲ ਹੀ ਘੰਟੀ ਦੇ ਬਟਨ ਦੇ ਕਲਿੱਕ ਜਰੂਰ ਕਰਨਾ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਜੁੜੇ ਰਹੋ ਇਸੇ ਤਰ੍ਹਾਂ ਆਪਣੇ ਚੈਨਲ ਦੇ ਨਾਲ ਥੈਂਕ ਯੂ ਵੈਰੀ ਮਚ ਹਾਂਜੀ ਸਬਸਕ੍ਰਾਈਬ ਕਰੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੱਟਾਂ ਦੀ ਜਹਾਜ਼ ਦੇ ਵਿੱਚ ਸੋ ਸਤਿ ਸ੍ਰੀ ਅਕਾਲ ਵੀਰੇ ਆਪਣੇ ਹੈਲਪਲਾਈਨ ਨੰਬਰ 깔ੋ ਨੋਟ ਅਨੇ ਚ ਸਕਰੀਨ ਤੇ ਸ਼ੋ ਹੋ ਰਿਹਾ ਹੈ ਜੇ ਕਿਸੇ ਮੇਰੇ ਵੀਰ ਨੇ ਕੋਈ ਖੇਤੀ ਵਾਲਾ ਸੰਦ ਹਲ ਤਵਿਆਂ ਟਰੈਕਟਰ ਟਰਾਲੀ ਜਾਂ ਕੋਈ ਵੀ ਮਸ਼ੀਨਰੀ ਕਾਰ ਜੀਪ ਕੱਢੀ ਸੇਲ ਕਰਨੀ ਹੈ ਤਾਂ ਉਸਦੇ ਮੈਂ 5-7 ਫੋਟੋਆਂ ਨਾਲੀ ਦੀ ਲੋੜੀ ਦੀ ਜਾਣਕਾਰੀ ਆਪਣੇ ਇਸ ਨੰਬਰ ਤੇ ਵਟਸਐਪ ਕਰ ਦਿਓ ਆਪਾਂ ਤੁਹਾਡੀ ਐਡ ਆਪਣੇ ਚੈਨਲ ਜੱਟਾਂ ਦੇ ਹਾਇ ਤੇ ਕਰ ਦੇਵਾਂਗੇ ਬਿਲਕੁਲ ਫ੍ਰੀ ਐਡ ਹੈ ਵੀਰੇ ਕੋਈ ਕਮਿਸ਼ਨ ਨਹੀਂ ਆਪਣਾ ਸੋ ਇੱਕ ਰਿਕਵੈਸਟ ਹੈ ਜੋ ਕਿ ਮੇਰਾ ਵੀਰ ਐਡ ਕਰਵਾਉਣ ਲਈ ਆਪਣੇ ਮੈਸੇਜ ਸੈਂਡ ਕਰੂਗਾ ਤਾਂ ਆਪਣੇ ਜੀ ਦਾ ਜੋ ਰੇਟ ਹੈ ਪ੍ਰਾਈਸ ਹੈ ਉਹ ਮਾਰਕੀਟ ਵੈਲਿਊ ਵਾਲਾ ਰੱਖੋ ਤੇ ਸਹੀ ਜਾਣਕਾਰੀ ਦਿਓ ਕਿਉਂਕਿ ਰੇਟ ਵਾਰੀ ਵੀਰਾਂ ਦੀ ਬਹੁਤ ਕੰਪਲੇਨ ਆਉਂਦੀ ਹੈ ਵੀ ਵੀਡੀਓ ਦੇ ਵਿੱਚ ਰੇਟ ਜ਼ਿਆਦਾ ਰੱਖਿਆ ਜਾਂਦਾ ਹੈ ਸੋ ਇਸ ਕਰਕੇ ਸਾਰੇ ਵੀਰਾਂ ਨੂੰ ਰਿਕੁਐਸਟ ਹੈ ਵੀ ਜਿਸ ਜਨਰੇਟ ਉਹੀ ਰੱਖੋ ਜਿਹੜਾ ਮਾਰਕੀਟ ਵੈਲਿਊ ਹਿਸਾਬ ਨਾਲ ਤੁਹਾਡੀ ਚੀਜ਼ ਦਾ ਬੰਦਾ ਹੈ ਰੇਟ ਜ਼ਿਆਦਾ ਰੱਖਣ ਕਾਰਨ ਚੀਜ਼ਾਂ ਸੇਲ ਨਹੀਂ ਹੋ ਪਾਉਂਦੀਆਂ ਤੇ ਅਪਣੇ ਚੈਨਲ ਤੇ ਵੀ ਉਸ ਚੀਜ਼ ਦਾ ਬਰਾਬਰ ਭਾ ਪੈਂਦਾ ਹੈ ਤੇ ਖਰੀਦਣ ਵਾਲੇ ਵੀਰਾਂ ਨੂੰ ਆਪਣੀ ਰਿਕੁਐਸਟ ਹੈ ਤੁਸੀਂ ਮਾਲਕ ਵੀਰਾਂ ਨਾਲ ਫੋਨ ਤੇ ਕਨੈਕਟ ਵਗੈਰਾ ਕਰਕੇ ਮਾਰਕੀਟ ਵੈਲਿਊ ਵਾਲਾ ਰੇਟ ਵਗੈਰਾ ਸੈੱਟ ਕਰਕੇ ਜੀ ਖਰੀਦ ਸਕਦੇ ਹੋ ਕਿਉਂਕਿ ਜੋ ਵੀਡੀਓ ਦੇ ਵਿੱਚ ਰੇਟ ਰੱਖਿਆ ਗਿਆ ਹੁੰਦਾ ਉਹ ਸਿਰ ਸੋ ਇਸ ਕਰਕੇ ਵੀਰੇ ਅਗਰ ਕੋਈ ਮੇਰੇ ਬੀਚ ਜੀ ਖਰੀਦਣਾ ਚਾਹਵਨ ਹੈ ਮਾਲਕ ਵੀਰੇ ਨਾਲ ਫੋਨ ਕਰਕੇ ਰੇਟ ਵਗੈਰਾ ਸੈੱਟ ਕਰਕੇ ਤੁਸੀਂ ਜ਼ਰੂਰ ਚੀਜ਼ ਖਰੀਦੋ ਥੈਂਕ ਯੂ ਸੋ ਵੀਰੇ ਅੱਜ ਬਦੌੜ ਲੈ ਕੇ ਆਏ ਆਂ ਛੇ ਚੀਜ਼ਾਂ ਨੇ ਲਈ ਆਪਣੇ ਕੋਲ ਚਾਰ ਗੱੱਡੀਆਂ ਨੇ 6 ਕਿੱਲੇ ਜ਼ਮੀਨ ਹੈ ਇੱਕ ਆਪਣੇ ਕੋਲ ਟਰਾਲੀ ਹੈ ਗੱਡੇ ਦੇ ਵਿੱਚ ਆਪਣੇ ਕੋਲ ਹੁੰਡਾਏ ਸੈਂਟਰੋ ਹੈ ਟਾਟਾ ਇੰਡੀਗੋ ਹੈ ਮਰੂਤੀ ਬ੍ਰੇਜ਼ਾ ਇੱਕ ਆਪਣੇ ਕੋਲ ਹਿੰਦੁਸਤਾਨ ਮੋਟਰਜ਼ ਕੰਟੈਂਸ ਹੈ ਇਹ ਚਾਰ ਗੱਡੀਆਂ ਨੇ ਵੀਰੇ 6 ਕਿੱਲੇ ਜ਼ਮੀਨਾਂ ਝੋਨੇ ਵਾਲੀ ਤੇ ਇੱਕ ਆਪਣੇ ਕੋਲ 16 ਫੁੱਟ ਦੀ ਟਰਾਲੀ ਹੈ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲੱਗੇ ਆਂ ਹੁੰਡਾਏ ਸੈਂਟਰੋ ਬਾਰੇ ਸੈਂਟਰੋ ਵੀਰੇ 2001 ਮਾਡਲ ਗੱਡੀ ਹੈ ਬੜੀ ਸਾਫ਼ ਤਰੀਕੀ ਕੰਡੀਸ਼ਨ ਦੇ ਵਿੱਚ 2001 ਮਾਡਲ ਹੈ ਜੁਲਾਈ 2022 ਦੇ ਵਿੱਚ ਗੱਡੀ ਐਕਸਪਾਇਰ ਹੋਈ ਵੀ ਹੈ ਬਾਕੀ ਓਵਰਆਲ ਕੰਡੀਸ਼ਨ ਗੱਡੀ ਦੀ ਬਿਲਕੁਲ ਓਕੇ ਹੈ ਆਰ ਸੀ ਐਕਸਪਾਇਰ ਹੈ ਵੀਰੇ ਬਾਕੀ ਕੰਡੀਸ਼ਨ ਓਕੇ ਆ ਟਾਪ ਮਾਡਲ ਗੱਡੀ ਹੈ ਪਾਵਰ ਸਟੀering ਹੈ ਪਾਵਰ ਵਿੰਡੋਜ਼ ਹੈ ਬਾਕੀ ਏਸੀ ਹੀਟਰ ਬਿਲਕੁਲ ਓਕੇ ਚੱਲਦਾ ਹੈ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਚੱਲਦੀ ਹੈ ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਦੇਖ ਸਕਦੇ ਹੋ ਇੰਜਨ ਗੇਅਰ ਦੀ ਕੰਡੀਸ਼ਨ ਬਿਲਕੁਲ ਓਕੇ ਆ ਸਰਵਿਸ ਵਗੈਰਾ ਗੱਡੀ ਦੀ ਹੋਈ ਵੀ ਹੈ ਮਕੈਨੀਕਲ ਵਰਕ ਸਾਰਾ ਹੋਇਆ ਹੈ ਬਾਕੀ ਰੰਗ ਪੇਂਟ ਸਾਫ ਸੁਥਰਾ ਹੈ ਹਲਕੇ ਫੁਲਕੇ ਮਾਈਨਰ ਟੱਚਿੰਗ ਹੈ ਮਾਈਨਰ ਸਕ੍ਰੈਚਸ ਨੇ ਕੋਈ ਮੇਜਰ ਐਕਸੀਡੈਂਟਡ ਵਗੈਰਾ ਡੈਮੇਜ ਵਗੈਰਾ ਨਹੀਂ ਗੱਡੀ ਬਾਡੀ ਲਾਈਨ ਦੀ ਸਾਫ ਸੁਥਰੀ ਹੈ ਕੋਈ ਕਿਤੇ ਗਲੀ ਸੜੀ ਨਹੀਂ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਹੰਡੀਲਰ ਸਾਬਤਰੇ ਵੀਰੇ ਏਸੀ ਹੀਟਰ ਵਗੈਰਾ ਬਿਲਕੁਲ ਓਕੇ ਚੱਲਦੇ ਆ ਵਧੀਆ ਕੁਆਲਿਟੀ ਦੇ ਸ਼ੀਤਕਬਰ ਵਗੈਰਾ ਲੱਗੇ ਹੋਏ ਨੇ ਮੈਟਿੰਗ ਵਗੈਰਾ ਹੋਈ ਵੀ ਹੈ ਪੰਜਾਬ ਨੰਬਰ ਗੱਡੀ ਹੈ ਪੇਪਰ ਵਗੈਰਾ ਕੰਪਲੀਟ ਨੇ ਗੱਡੀ ਦੇ ਜੋ ਟਾਇਰ ਨੇ ਚਾਰੋਂ ਟਾਇਰ ਤੇ ਉਲਾਈ ਵੀਲ ਦੋਨੋਂ ਨਵੇਂ ਲੱਗੇ ਨੇ ਬੇਦਾਗ ਸਾਫਤਰੇ ਵਧੀਆ ਓਕੇ ਕੰਡੀਸ਼ਨ ਦੇ ਵਿੱਚ ਗੱਡੀ ਹੈ ਲੋਕੇਸ਼ਨ ਵੀਰਾਂ ਦੀ ਡੇਲੋਂ ਹੈ ਡਿਸਟ੍ਰਿਕਟ ਲੁਧਿਆਣਾ ਉੱਥੇ ਵੀਰਾਂ ਕੋਲ ਇਹ ਗੱਡੀ ਹੈ ਗੱਡੀ ਦੀ ਡਿਮਾਂਡ ਰੱਖੀ ਗਈ ਹੈ 48000 ਰੁਪਿਆ ਮੌਕੇ ਤੇ ਡਿਸਕਾਊਂਟ ਹੋ ਜਾਏਗਾ ਕਨੈਕਟ ਨੰਬਰ ਹੇਠਾਂ ਸਕਰੀਨ ਤੇ ਸ਼ ਹਾਂਜੀ ਅੱਬੇ ਤੁਹਾਨੂੰ Tata Indigo CS ਗੱਡੀ ਦਿਖਾ ਰਿਹਾ ਹਾਂ Tata Indigo CS 2013 ਮਾਡਲ ਗੱਡੀ ਹੈ ਬੜੀਆ ਸਾਫਤਰੀ ਕੰਡੀਸ਼ਨ ਦੇ ਵਿੱਚ ਆਲ オリジナル ਰੰਗ ਪੇਂਟ ਹੈ ਕੋਈ ਡੈਮੇਜ ਨਹੀਂ ਕੋਈ ਡੈਂਟ ਨਹੀਂ ਕੋਈ ਐਕਸੀਡੈਂਟ ਨਹੀਂ ਬੈਲ ਮੇਨਟੇਨ ਗੱਡੀ ਹੈ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਇੰਜਨ ਗੇਅਰ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਸਰਵਿਸ ਵਗੈਰਾ ਗੱਡੀ ਦੀ ਹੋਈ ਵੀ ਹੈ ਮਕੈਨੀਕਲ ਵਰਕ ਸਾਰਾ ਹੋਇਆ ਬੇ ਚਲਾ ਕੇ ਟੈਸਟ ਡਰਾਈਵ ਕਰਕੇ ਚੈੱਕ ਕਰਕੇ ਗੱਡੀ ਤੁਸੀਂ ਦੇਖ ਸਕਦੇ ਹੋ ਐਕਦਾਮ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਬਾਕੀ ਬਾਡੀ ਲਾਈਨ ਦੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਵਧੀਆ ਸਾਫਤਰੀ ਬਾਡੀ ਲਾਈਨ ਹੈ ਵੀਰੇ ਹਲਕੇ ਬੁਲਕੇ ਮਾਈਨਰ ਸਕਰੈਚਸ ਨੇ ਮਾਈਨਰ ਟੱਚਿੰਗ ਹੈ ਕੋਈ ਮੇਜਰ ਐਕਸੀਡੈਂਟਲ ਵਗੈਰਾ ਡੈਮੇਜ ਵਗੈਰਾ ਨਹੀਂ ਗੱਡੀ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਆਇਆ ਵਧੀਆ ਕੁਆਲਿਟੀ ਦੇ ਸੀਟ ਕਵਰ ਵਗੈਰਾ ਲੱਗੇ ਨੇ ਮੈਟ ਰਿਮ ਵਗੈਰਾ ਹੋਈ ਵੀ ਹੈ ਮਿਊਜ਼ਿਕ ਸਿਸਟਮ ਵਗੈਰਾ ਬਾਕੀ ਸਾਰੇ ਫੀਚਰਸ ਵਰਕਿੰਗ ਕੰਡੀਸ਼ਨ ਦੇ ਵਿੱਚ ਨੇ ਅੱਗੇ ਦਿਓ ਟਾਇਰ ਨੇ 50 55 ਪੈਸੇ ਟਾਇਰ ਨੇ ਬੇਦਾਗ ਸਾਫਤਰੀ ਵਧੀਆ origignal ਟਾਇਰ ਨੇ ਬਾਕੀ ਓਵਰਾਲ ਕੰਡੀਸ਼ਨ ਗੱਡੀ ਦੀ ਬਿਲਕੁਲ ਓਕੇ ਹੈ ਪੰਜਾਬ ਨੰਬਰ ਹੈ ਪੇਪ ਲੋਕੇਸ਼ਨ ਵੀਰਾਂ ਦੀ ਡੈਲੋਂ ਹੈ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਉੱਥੇ ਵੀਰਾਂ ਕੋਲ ਇਹ ਗੱਡੀ ਹੈ ਗੱਡੀ ਦੀ ਡਿਮਾਂਡ ਰੱਖੀ ਗਈ ਹੈ 1,05,000 ਰੁਪਿਆ ਬਾਕੀ ਮੌਕੇ ਤੇ ਡਿਸਕਾਊਂਟ ਹੋ ਜਾਏਗਾ ਕਨੈਕਟ ਨੰਬਰਾਂ ਨੇ ਜਿਸ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਵੀ ਤੇ ਜਾਣਕਾਰੀ ਲੈ ਕੇ ਗੱਡੀ ਤੁਸੀਂ ਖਰੀਦ ਸਕਦੇ ਹੋ ਹਾਂਜੀ ਵੀਰੇ ਅਬਾਦ ਨੂੰ ਟਰਾਲੀ ਦਿਖਾ ਰਹੇ ਹਾਂ 16x7 ਫੁੱਟ ਦੀ ਟਰਾਲੀ ਹੈ 2022 ਚ ਬਣੀ ਵੀ एकदम ਸਾਫ਼ ਸੁਰੀ ਕੰਡੀਸ਼ਨ ਦੇ ਵਿੱਚ ਟਰਾਲੀ ਹੈ ਟਰਾਲੀ ਦਾ ਜੋ ਸਾਈਜ਼ ਹੈ 16 ਫੁੱਟ ਲੰਬੀ ਐ 7 ਫੁੱਟ ਚੌੜੀ ਐ 2 ਫੁੱਟ ਬਾਡੀ ਐ 2.5 ਫੁੱਟ ਬெட் ਲੱਗਿਆ ਉੱਪਰ ਪੂਰੀ ਹੈਵੀ ਕੁਆਲਿਟੀ ਦਾ ਬெட் ਲੱਗਿਆ ਹੋਇਆ ਬெட் ਦੇ ਉੱਪਰ ਅੱਧਾ ਫੁੱਟ ਦੇ ਉੱਪਰ ਝੋਪੜੀ ਵਾਲੀ ਪਾਈਪ ਲੱਗੀ ਵੀ ਐ ਬਿਲਕੁਲ ਟੌਪ ਕਲਾਸ ਕੰਡੀਸ਼ਨ ਵਿੱਚ ਟਰਾਲੀ ਐ ਵਧੀਆ ਹੈਵੀ ਕੁਆਲਿਟੀ ਵਾਲਾ ਫਰਸ਼ ਚਾਦਰ ਲੱਗਿਆ ਹੋਇਆ ਵੀਰੇ ਕੋਈ ਕਿਤੋਂ ਗਲੀ ਸੜੀ ਨਹੀਂ ਡੈਮੇਜ ਵਗੈਰਾ ਨਹੀਂ ਮਾਲਕ ਵੀਰਾਂ ਵੱਲੋਂ ਟਰਾਲੀ ਦੀ ਫੁੱਲ ਗਾਰੰਟੀ ਐ ਟਰਾਲੀ ਦੇ ਉੱਪਰ ਟਾਇਰ ਨੇ 50 55 ਪੈਸੇ ਟਾਇਰ ਨੇ ਬੇਦਾਗ ਸਾਫ ਤੇ ਵਧੀਆ ਦੋਨੋਂ ਜੋੜੀਆਂ ਟਾਇਰ ਨੇ ਪੱਕੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਐ ਬੀਲ ਕ ਡੀਲਕਸ ਮਾਡਲ ਹੈ ਟੋਟਲ ਅਸੈਸਰੀ ਲੱਗੀ ਵੀ ਹੈ ਟਰਾਲੀ ਨੂੰ ਅਸੈਸਰੀ ਦੇ ਵਿੱਚ ਪਾਣੀ ਵਾਲੀ ਟੈਂਕੀ ਲਾਈਟਾਂ ਰਸਾ ਟਾਈਟ ਕਰਨ ਵਾਲਾ ਸਿਸਟਮ ਰਸਾ ਇਕੱਠਾ ਕਰਨ ਵਾਲਾ ਸਿਸਟਮ ਗਿੰਤੀਆਂ ਬੇਲਚੇ ਨੀਚੇ ਕੈਂਚੀਆਂ ਲੱਗੀਆਂ ਵੀ ਨੇ ਪੂਰੀ ਹੈਵੀ ਕੁਆਲਿਟੀ ਦੀ ਟਰਾਲੀ ਹੈ ਵੀਰੇ ਵਧੀਆ ਮਟੈਲਿਕ ਪੇਂਟ ਹੋਇਆ ਹੈ ਟਰਾਲੀ ਨੂੰ ਬਾਕੀ ਫਰਸ਼ ਦੀ ਕੰਡੀਸ਼ਨ ਬਿਲਕੁਲ ਓਕੇ ਹੈ 10 ਇੰਚ ਚਾਸੀ ਹੈ 10 ਨੱਟੀ ਹੱਬ ਹੈ ਰੇਲ ਦਾ origignal ਧੁਰਾ ਲੱਗਿਆ ਹੋਇਆ ਹੈ ਬਾਕੀ ਕੋਈ ਕਮੀ ਪੇਸ਼ੀ ਨਹੀਂ ਟਰਾਲੀ ਦੇ ਵਿੱਚ ਪੂਰੀ ਹੈਵੀ ਕੁਆਲਿਟੀ ਦੀ ਬਣੀ ਵੀ ਹੈ ਲੋਕੇਸ਼ਨ ਵੀਰਾਂ ਦੀ ਹੁਸ਼ਿਆਰਪੁਰ ਹੈ ਉੱਥੇ ਵੀਰਾਂ ਕੋਲੇ ਇਹ ਟਰਾਲੀ ਹੈ ਟਰਾਲੀ ਦੀ ਡਿਮਾਂਡ ਰੱਖੀ ਹੈ 2,55,000 ਰੁਪਿਆ ਮੌਕੇ ਤੇ ਡਿਸਕਾਊਂਟ ਹੋ ਜਾਏਗਾ ਕਨੈਕਟ ਨੰਬਰਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਬਧੇਰੇ ਜਾਣਕਾਰੀ ਲੈ ਕੇ ਤੁਸੀਂ ਟਰਾਲੀ ਖਰੀਦ ਸਕਦੇ ਹੋ ਹਾਂਜੀ ਵੀਰੇ ਆਪਾਂ ਤੁਹਾਨੂੰ ਜ਼ਮੀਨ ਦਿਖਾ ਰਹੇ ਹਾਂ 6 ਕਿੱਲੇ ਜ਼ਮੀਨ ਬਕਾਊ ਹੈ ਵੀਰੇ ਜਿਸ ਦੇ ਵਿੱਚ ਵੀਰੇ ਜ਼ਮੀਨ ਨੂੰ ਦੋ ਰਾਸਤੇ ਲੱਗੇ ਹੋਏ ਨੇ ਇੱਕ ਮੋਟਰ ਦਾ ਪੱਕਾ ਕਨੈਕਸ਼ਨ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਵੀਰੇ ਪੇਪਰ ਵਗੈਰਾ ਸਾਰੇ ਕੰਪਲੀਟ ਨੇ ਪੱਕੇ ਰਾਸਤੇ ਲੱਗੇ ਹੋਏ ਨੇ ਜ਼ਮੀਨ ਨੂੰ ਬਾਕੀ ਗੱਲਾਂ ਦਾ ਮੋਟਰ ਦਾ ਕਨੈਕਸ਼ਨ ਹੈ ਵਧੀਆ ਮਿੱਠਾ ਪਾਣੀ ਹੈ ਉਪਜਾਊ ਜ਼ਮੀਨ ਹੈ ਝੋਨੇ ਵਾਲੇ ਡਾਕਰਬਾਨ ਨੇ ਵੀਰੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਕੋਈ ਲੜਾਈ ਝਗੜਾ ਨਹੀਂ ਬਾਕੀ ਮਾਲਕੀ ਵੀਰੋਂ ਵੱਲੋਂ ਫੁੱਲ ਗਾਰੰਟੀ ਹੈ ਪੇਪਰ ਵਗੈਰਾ ਵੀਰ ਕਲੀਅਰ ਕਰਵਾ ਕੇ ਦੇਣਗੇ ਤੁਹਾਨੂੰ ਬਾਕੀ ਕਿਸੇ ਵੀ ਤਰ੍ਹਾਂ ਦਾ ਤੁਸੀਂ ਆਪਦੀ ਵੈਰੀਫਿਕੇਸ਼ਨ ਕਰਕੇ ਜ਼ਮੀਨ ਖਰੀਦ ਸਕਦੇ ਹੋ ਵਧੀਆ ਲੋਕੇਸ਼ਨ ਦੇ ਉੱਪਰ ਹੈ ਵਧੀਆ ਰਸਤੇ ਵਗੈਰਾ ਨੇ ਪਾਣੀ ਵਗੈਰਾ ਦਾ ਪ੍ਰਬੰਧ ਹੈ ਬਾਕੀ ਵਧੀਆ ਉਪਜਾਊ ਜ਼ਮੀਨ ਹੈ ਏਰੀਆ ਵੀਰੇ ਪਟਿਆਲਾ ਲੋਕੇਸ਼ਨ ਹੈ ਵੀਰਾਂ ਦੀ ਪਟਿਆਲੇ ਦੇ ਲਾਗੇ ਵੀਰਾਂ ਕੋਲ ਇਹ ਜ਼ਮੀਨ ਹੈ ਜ਼ਮੀਨ ਦੀ ਜੋ ਡਿਮਾਂਡ ਰੱਖੀ ਗਈ ਹੈ 8,50,000 ਰੁਪਏ ਵੀਰੇ ਪਰ ਬਿੱਗੇ ਦੇ हिसाब ਨਾਲ ਰੇਟ ਹੈ ਬਾਕੀ ਦਾ ਨੰਬਰ ਨੇਚਰ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਵੀਧੇਰੇ ਜਾਣਕਾਰੀ ਲੈ ਕੇ ਰੇਟ ਵਗੈਰਾ ਸੈੱਟ ਕਰਕੇ ਤੁਸੀਂ ਜ਼ਮੀਨ ਖਰੀਦ ਸਕਦੇ ਹੋ ਸੋ ਨਾਲੇ ਜ਼ਮੀਨ ਖਰੀਦਣ ਵੇਲੇ ਪੇਪਰ ਵਗੈਰਾ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਹਾਂਜੀ ਆਪਾਂ ਇਹਨੂੰ ਬਟਾਰਾ ਬਰੇਜ਼ਾ ਗੱਡੀ ਦਿਖਾ ਰਹੇ ਹਾਂ ਬਰੇਜ਼ਾ ਬ੍ਰੇ ਜਡੀ ਵਰਜਨ ਹੈ ਟਾਪ ਮਾਡਲ ਗੱਡੀ ਹੈ 2018 ਮਾਡਲ 2018 ਮਾਡਲ ਬਰੇਜ਼ਾ ਬਿਲਕੁਲ ਟਾਪ ਕਲਾਸ ਕੰਡੀਸ਼ਨ ਦੇ ਵਿੱਚ ਹੈ ਪਸ਼ੂ ਵਰਜਨ ਸਟਾਰਟ ਦੇ ਨਾਲ ਵੀ ਇਹ ਟਾਪ ਮਾਡਲ ਗੱਡੀ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ 30000 ਕਿਲੋਮੀਟਰ ਕਿਤੇ ਚੱਲੀ ਵੀ ਹੈ オリジナル ਚੱਲੀ ਹੈ एकदम ਸਾਇਲੈਂਟ ਤੇ ਸੀਲਡ ਇੰਜਨ ਹੈ ਕੋਈ ਕਮੀ ਪੇਸ਼ ਨਹੀਂ ਸਟ੍ਰਾਈਬ ਵਰਗਾ ਚੈੱਕ ਕਰਕੇ ਗੱਡੀ ਤੁਸੀਂ ਦੇਖ ਸਕਦੇ ਹੋ ਇਕਦਮ ਸਾਇਲੈਂਟ ਸੀਲਡ ਗੱਡੀ ਚੱਲਦੀ ਹੈ ਆਲ ओरिजिनल ਰੰਗ ਪੇਂਟ ਹੈ ਕੋਈ ਡੈਮੇਜ ਨਹੀਂ ਕੋਈ ਡੈਂਟ ਨਹੀਂ ਕੋਈ ਐਕਸੀਡੈਂਟ ਨਹੀਂ ਬੈਲ ਮੇਨਟੇਨ ਹੈ ਇਕਦਮ ਸ਼ੋਰੂਮ ਕੰਡੀਸ਼ਨ ਦੇ ਵਿੱਚ ਗੱਡੀ ਹੈ ਅੰਡਰਰ ਸਾਬਤ ਰਹਾ ਵਧੀਆ ਕੁਆਲਟੀ ਦੀ ਸੀਟ ਕਵਰ ਵਗੈਰਾ ਲੱਗੇ ਨੇ ਮੈਟੇ ਬਗੈਰਾ ਹੋਈ ਵੀ ਹੈ ਮਿਊਜ਼ਿਕ ਸਿਸਟਮ AC ਹੀਟਰ ਵਗੈਰਾ ਸਾਰਾ ਕੰਪਨੀ ਫਿਟਡ ਪਾਰਟਸ ਨੇ ਵੀਰੇ ਕੰਪਨੀ ਫਿਟਡ ਐਕਸੈਸਰੀ ਸਾਰੀ ਕੋਈ ਪਾਰਟ ਨਹੀਂ ਚੇਂਜ ਹੋਇਆ ਗੱਡੀ ਦਾ ਕੋਈ ਐਕਸੈਸਰੀ ਚੇਂਜ ਹੋਈ ਇਕਦਮ ਸ਼ੋਰੂਮ ਕੰਡੀਸ਼ਨ ਦੇ ਵਿੱਚ ਗੱਡੀ ਹੈ ਟਰੈਕਿੰਗ ਸਿਸਟਮ ਲਗਵਾਇਆ ਵੀਰਾਂ ਨੇ 23000 ਰੁਪਏ ਦਾ ਕਾਸਟ ਦਾ ਵੀਰਾਂ ਟ੍ਰੈਕਿੰਗ ਸਿਸਟਮ ਸਪੈਸ਼ਲ ਲਗਵਾਇਆ ਵੀਰਾਂ ਨੇ ਬਾਕੀ ਟਾਪ ਕਲਾਸ ਕੰਡੀਸ਼ਨ ਵਿੱਚ ਗੱਡੀ ਹੈ ਪੋਸ਼ਨ ਬੱਜਨ ਸਟਾਰਟ ਹੈ ਪੰਜਾਬ ਨੰਬਰ ਹੈ ਇੰਸ਼ੋਰੈਂਸ ਵਗੈਰਾ ਪੋਲੂਸ਼ਨ ਵਗੈਰਾ ਕਰੀ ਦਾ ਕਰਵਾਇਆ ਗਿਆ ਹੈ ਲੋਕੇਸ਼ਨ ਵੀਰਾਂ ਦੀ ਬਠਿੰਡਾ ਉੱਥੇ ਵੀਰਾਂ ਕੋਲ ਇਹ ਗੱਡੀ ਹੈ ਗੱਡੀ ਦੀ ਡਿਮਾਂਡ ਰੱਖੀ ਹੈ 9 ਲੱਖ 40000 ਰੁਪਏ ਕਨੈਕਟ ਨੰਬਰਾਂ ਨੇ ਜਿਸ ਸਕਰੀਨ ਦੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਬਿਧਰ ਜਾਣਕਾਰੀ ਲੈ ਕੇ ਤੁਸੀਂ ਦੇਖ ਸਕਦੇ ਹੋ ਹਾਂਜੀ ਅਬਦ ਨੂੰ ਹਿੰਦੁਸਤਾਨ ਮੋਟਰਜ਼ ਕੰਟੈਕਟਸ ਦਿਖਾ ਰਹੇ ਹਾਂ ਵੀ 2097 ਮਾਡਲ ਗੱਡੀ ਹੈ 1997 ਮਾਡਲ ਹੈ 2026 ਤੱਕ ਪਾਸਿੰਗ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਮੋਡੀਫਾਈਡ ਗੱਡੀ ਹੈ ਵੀਰੇ ਗੱਡੀ ਦੇ ਜੋ ਟਾਇਰ ਨੇ ਨਵੇਂ ਟਾਇਰ ਲੱਗੇ ਹੋਏ ਨੇ ਨਵੇਂ ਅਲॉय ਵੀ ਲੱਗੇ ਨੇ ਪੂਰੀ ਹੈਵੀ ਕੁਆਲਟੀ ਦੇ ਵਧੀਆ ਮਾਡਰਨ ਅਲॉय ਲੱਗੇ ਨੇ ਬਾਕੀ ਓਵਰਆਲ ਕੰਡੀਸ਼ਨ ਗੱਡੀ ਦੀ ਬਿਲਕੁਲ ਓਕੇ ਹੈ ਰੰਗ ਪੇਂਟ ਆਲ オリジナル ਹੈ ਹਲਕੇ ਬੁਲਕੇ ਮਾਈਨਰ ਸਕ੍ਰੈਚਸ ਨੇ ਮਾਈਨਰ ਟੱਚਿੰਗ ਹੈ ਬਾਕੀ ਕੋਈ ਮੇਜਰ ਐਕਸੀਡੈਂਟ ਵਗੈਰਾ ਡੈਮੇਜ ਵਗੈਰਾ ਨਹੀਂ ਗੱਡੀ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਇੰਜਨ ਗੇਅਰ ਵਗੈਰਾ ਗੱਲ ਕਰੀਏ ਵਧੀਆ ਓਕੇ ਕੰਡੀਸ਼ਨ ਦੇ ਵਿੱਚ ਇੰਜਨ ਗੇਅਰ ਹੈ ਸਰਵਿਸ ਵਗੈਰਾ ਗੱਡੀ ਦੀ ਹੋਈ ਵੀ ਹੈ ਮਕੈਨੀਕਲ ਵਰਕ ਸਾਰਾ ਗੱਡੀ ਦਾ ਹੋਇਆ ਹੋਇਆ ਕੋਈ ਕਮੀ ਪੇਸ਼ ਨਹੀਂ ਇਕਦਮ ਸਮੂਥਲੀ ਚੱਲਦੀ ਹੈ ਬਾਕੀ ਇੰਟੀਰੀਅਰ ਵਧੀਆ ਟਾਪ ਕਲਾਸ ਦਾ ਲਗਜ਼ਰੀ ਇੰਟੀਰੀਅਰ ਲੱਗਿਆ ਹੈ ਵਧੀਆ ਕੁਆਲਿਟੀ ਦੇ ਸੀਟ ਕਵਰ ਵਗੈਰਾ ਨੇ ਮੈਟਿੰਗ ਹੋਈ ਵੀ ਹੈ 뮤직 ਸਿਸਟਮ AC ਹੀਟਰ ਬਿਲਕੁਲ ਓਕੇ ਚੱਲਦਾ ਹੈ ਬਾਕੀ ਸਾਰੇ ਫੀਚਰਸ ਵਰਕਿੰਗ ਕੰਡੀਸ਼ਨ ਦੇ ਵਿੱਚ ਨੇ ਕੋਈ ਪਾਰਟ ਵਗੈਰਾ ਐਸੈਸਰੀ ਵਗੈਰਾ ਬਿਲਕੁਲ ਓਕੇ ਕੰਡੀਸ਼ਨ ਲੱਗੀ ਹੈ ਬਾਕੀ ਕੋਈ ਇਹ ਜਿਹਾ ਪਾਰਟ ਨਹੀਂ ਵੀਰੇ ਕੋਈ ਫੀਚਰ ਨਹੀਂ ਜੋ ਵਰ ਪੰਜਾਬ ਨੰਬਰ ਗੱਡੀ ਹੈ ਪੇਪਰ ਵਗੈਰਾ ਕੰਪਲੀਟ ਨੇ ਇੰਸ਼ੋਰੈਂਸ ਵਗੈਰਾ ਪੋਲਿਸ਼ਨ ਵਗੈਰਾ ਕਰਵਾਇਆ ਗਿਆ ਹੈ ਲੋਕੇਸ਼ਨ ਵੀਰਾਂ ਦੀ ਲੁਧਿਆਣਾ ਉੱਥੇ ਵੀਰਾਂ ਕੋਲ ਇਹ ਗੱਡੀ ਹੈ ਗੱਡੀ ਦੀ ਡਿਮਾਂਡ ਰੱਖੀ ਹੈ 480000 ਰੁਪਿਆ ਮੌਕੇ ਤੇ ਡਿਸਕਾਊਂਟ ਹੋ ਜਿਗਾ ਹੈ ਕਨੈਕਟ ਨੰਬਰਾਂ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਵੀ ਤੇ ਜਾਣਕਾਰੀ ਲੈ ਕੇ ਗੱਡੀ ਖਰੀਦ ਸਕਦੇ ਹਾਂ ਥੈਂਕ ਯੂ ਵੀਰੇ ਸੋ ਥੈਂਕ ਯੂ ਵੀਰੇ ਜਿਹੜੇ ਵੀਰ ਆਪਣੇ ਚੈਨਲ ਜੱਟਾਂ ਦੇ ਹਾਇਰ ਨਾਲ ਜੁੜੇ ਹੋਏ ਨੇ ਸਾਰੀ ਵੀਰਾਂ ਦਾ ਦਿਲੋਂ ਧੰਨਵਾਦ ਹੈ ਤੇ ਜਿਹੜੇ ਵੀਰਾਂ ਨੇ ਹਾਲੇ ਤਾਈਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਨਾਲੀ ਘੰਟੀ ਦੇ ਬਟਨ ਤੇ ਕਲਿੱਕ ਜ਼ਰੂਰ ਕਰਨਾ ਵੀਰੇ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ। ਸੁਮੀਤ ਕਰਨੇ ਵੀਰੇ ਜੁੜੇ ਰਹੋਗੇ ਇਸ ਤਰ੍ਹਾਂ ਆਪਣੇ ਚੈਨਲ ਦੇ ਨਾਲ। ਸੋ ਇੱਕ ਰਿਕਵੈਸਟ ਆਪਣੀ ਉਹ ਵੀਰਾਂ ਨੂੰ ਹੈ ਜੋ ਆਪਣੇ ਨੂੰ ਐਡ ਕਰਵਾਉਣ ਲਈ ਮਸ਼ੀਨਰੀ ਸੈਂਡ ਕਰਦੇ ਨੇ। ਸੋ ਪਲੀਜ਼ ਵੀਰੇ ਰਿਕਵੈਸਟ ਹੈ ਜੋ ਕਿ ਮੇਰਾ ਵੀਰ ਐਡ ਕਰਵਾਉਣ ਲਈ ਆਪਣਾ ਮਸ਼ੀਨਰੀ ਸੈਂਡ ਕਰਦਾ ਹੈ ਤਾਂ ਆਪਣੀ ਜਿਹਦਾ ਜੋ ਰੇਟ ਹੈ ਪ੍ਰਾਈਸ ਹੈ ਉਹ ਮਾਰਕੀਟ ਵੈਲਿਊ ਲੈ ਰੱਖਿਆ ਕਰੋ ਤੇ ਵੀਰੇ ਸਹੀ ਜਾਣਕਾਰੀ ਦਿਓ ਕਰੋ। ਕਿਉਂਕਿ ਰੇਟ ਬਾਰੇ ਵੀਰਾਂ ਦੀ ਬਹੁਤ ਕੰਪਲੇਂਟ ਆਉਂਦੀ ਹੈ ਵੀ ਵੀਡੀਓ ਦੇ ਵਿੱਚ ਰੇਟ ਜ਼ਿਆਦਾ ਰੱਖਿਆ ਜਾਂਦਾ ਹੈ। ਸੋ ਇਸ ਕਰਕੇ ਸਾਰੇ ਵੀ ਬਹੁਤ ਜਿਆਦਾ ਡਿਮਾਂਡ ਰੱਖ ਕੇ ਵੀਰ ਮੌਕੇ ਦੇ ਡਿਸਕਾਊਂਟ ਕਰਨ ਦੀ ਗੱਲ ਕਹਿਂਦੇ ਨੇ ਬਟ ਜਦੋਂ ਵੀਰੇ ਡਿਮਾਂਡ ਬਹੁਤ ਜਿਆਦਾ ਹੋ ਜਾਂਦੀ ਹੈ ਤਾਂ ਤੁਹਾਡੇ ਨਾਲ ਕੋਈ ਵੀਰ ਫੋਨ ਤੇ ਕਨੈਕਟ ਨਹੀਂ ਕਰ ਪਾਉਂਦਾ ਸੋ ਇਸ ਕਰਕੇ ਸਾਰੀ ਵੀਰਾਂ ਨੂੰ ਇਹੀ ਰਿਕੁਐਸਟ ਹੈ ਵੀ ਚੀਜ਼ਾਂ ਦਾ ਰੇਟ ਉਹੀ ਰੱਖੋ ਜਿਹੜਾ ਮਾਰਕੀਟ ਵੈਲਿਊ ਹਿਸਾਬ ਨਾਲ ਤੁਹਾਡੀ ਜੀ ਦਾ ਬੰਦਾ ਹੈ ਹਲਕਾ ਫੁਲਕਾ ਡਿਸਕਾਊਂਟ ਦੇ ਲਿਆ ਕਰੋ ਵੀਰੇ ਬਟ ਚੀਜ਼ਾਂ ਦਾ ਜੋ ਮਾਰਕੀਟ ਵੈਲਿਊ ਲੈ ਰੇਟ ਰੱਖੋਗੇ ਉਹਨਾਂ ਨੇ ਫੇਰ ਹੀ ਘਰੋ ਘੱਤੋ ਅਤੀ ਸੇਲ ਹੋ ਜਾਣਾ ਸੋ ਇਸ ਕਰਕੇ ਇਹਨਾਂ ਚੀਜ਼ਾਂ ਦੇ ਉੱਤੇ ਜ਼ਰੂਰ ਕਾਰ ਕਰੋ ਫੋਨ ਨੰਬਰ ਵਗੈਰਾ ਆਪਣਾ ਉਹ ਦੇ ਕਰੋ ਜਿਹੜਾ ਤੁਸੀਂ ਰੈਗੂਲਰ ਯੂਜ਼ ਕਰਦੇ ਹੋ ਕਿਉਂਕਿ ਵੀਰੇ ਸਵਿਚ ਆਫ ਵਾਲਾ ਫੋਨ ਨੰਬਰ ਵਗੈਰਾ ਜੂ ਦੇ ਦੇਦਨੇ ਹੋ ਜਾਂ ਕੋਈ ਰੋਂਗ ਨੰਬਰ ਦੇ ਦੇਦਨੇ ਹੋ ਤਾਂ ਤੁਹਾਡੇ ਨਾਲ ਪ੍ਰੋਪਰ ਬੇ ਨਾਲ ਕਨੈਕਟ ਨਹੀਂ ਹੋ ਪਾਉਂਦਾ ਸੋ ਇਹਨਾਂ ਚੀਜ਼ਾਂ ਦੇ ਉੱਤੇ ਜ਼ਰੂਰ ਕਾਰਕਰੋ ਫੋਨ ਨੰਬਰ ਵਗੈਰਾ ਸਹੀ ਦਿਓ ਰੈਡ ਵਗੈਰਾ ਸਹੀ ਰੱਖੋ ਲੋਕੇਸ਼ਨ ਆਪਣੀ ਟ੍ਰੇਸੇਬਲ ਦੱਸਿਆ ਕਰੋ ਤਾਂ ਜਸਾਨੀ ਨਾਲ ਜੋ ਮੈਪ ਤੇ ਸੱਜ ਹੋ ਸਕੇ ਤਾਂ ਤੁਹਾਡੇ ਕੋਲ ਵੀਰ ਪਹੁੰਚਣ ਦੇ ਵਿੱਚ ਕਿਸੇ ਵੀਰ ਨੂੰ ਕੋਈ ਪ੍ਰੋਬਲਮ ਨਾ ਆਵੇ ਸੋ ਵੀਰੇ ਉਮੀਦ ਕਰਦੇ ਹਾਂ ਕਿ ਜਿੰਦੇ ਉਤੇ ਜ਼ਰੂਰ ਗੌਰ ਕਰੋਗੇ ਸਪੋਰਟ ਕਰੋਗੇ ਸਾਥ ਦਿਓਗੇ ਜੁੜੇ ਰਹੋਗੇ ਆਪਣੇ ਚੈਨਲ ਜਟਾਂ ਦੇ ਜਹਾਜ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਵੀਡੀਓ ਅੱਗੇ ਵੀ ਆਪਣੇ ਕਿਸਾਨ ਵੀਰਾਂ ਕੋਲ ਪਹੁੰਚੀ ਰਹੇ ਤੇ ਆਪਣੇ ਹਰੇਕ ਵੀਰ ਨੂੰ ਬਿਨਾਂ ਕਿਸੇ ਕਮਿਸ਼ਨ ਤੋਂ ਮਸ਼ੀਨਰੀ ਖਰੀਦਣ ਦੇ ਵਿੱਚ ਤੇ ਮਸ਼ੀਨਰੀ ਵੇਚਣ ਦੇ ਵਿੱਚ ਮਾਧਿਅਮ ਮੈਲਸ ਕੇ ਵਿਰੇ ਜੁੜੇ ਰਹੋ ਆਪਣੇ ਚੈਨਲ ਜਟਾਂ ਦੇ ਜਹਾਜ ਦੇ ਨਾਲ ਥੈਂਕ ਯੂ ਬੇਰੀ